ਸਾਡਾ ਕੰਮ ਜਿਹੜਾ ਆ ਪਹਿਲਾਂ ਬਹੁਤ ਚੱਲਦਾ ਸੀ, ਹੁਣ ਆ ਗਿਆ ਮਸ਼ੀਨਰੀ ਯੁੱਗ ਆ ਗਿਆ। ਹੁਣ ਟੋਕਰੀ ਦਾ ਕੰਮ ਜਿਹੜਾ ਘੱਟ ਗਿਆ ਆ, ਹੁਣ ਕੋਈ ਪਲਾਸਟਿਕ ਚੱਲ ਪਈ, ਕੋਈ ਲੋਹੇ ਦੀ ਚੱਲ ਪਈ, ਕੋਈ ਦੂਸਰੀ ਚੱਲ ਪਈ, ਸਾਡੇ ਵਾਲਾ ਜਿਹੜਾ ਕੰਮ ਪੂਰਾ ਖਾਸ ਚੱਲਦਾ ਨਹੀਂ ਪਿਆ। ਅਤੇ ਅਸੀਂ ਆਉਂਦੇ ਹਾਂ ਵੀ ਗੌਰਮੈਂਟ ਵੱਲੋਂ ਸਾਡੀ ਕੋਈ ਸਹੂਲਤ ਹੋਵੇ, ਚਲੋ ਸਾਡਾ ਕੰਮ ਚੱਲਣਾ ਚਾਹੀਦਾ। ਵਪਾਰੀ ਜਿਹੜੇ ਨੇ ਉਹ ਵੀ ਆਮ ਇੱਕ ਰੇਟ ਪਰ ਚੱਲਣ, ਅਤੇ ਜਿਹੜਾ ਸਾਨੂੰ ਵੱਧ ਤੋਂ ਵੱਧ ਰੇਟ ਮਿਲੇ, ਅਤੇ ਮਸ਼ੀਨਰੀ ਯੁੱਗ ਜਿਹੜਾ ਹੈ ਥੋੜ੍ਹਾ ਖਤਮ ਹੋ ਜਾਏ। ਅਸੀਂ ਇਹ ਨਹੀਂ ਆਖਦੇ ਵੀ ਜ਼ਿਆਦਾ ਖਤਮ ਹੋ ਜਾਏ, ਪਰ ਸਾਡਾ ਕਾਰੋਬਾਰ ਚੱਲਣਾ ਚਾਹੀਦਾ, ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸੀ ਉਹ ਵੀ ਇਹੋ ਕੰਮ ਕਰ ਰਹੇ, ਅੱਗੇ ਅਸੀਂ ਵੀ ਇਹੋ ਕਰਦੇ, ਅੱਗੇ ਸਾਡੇ ਜਿਹੜੇ ਪੁੱਤਰ ਉਹ ਵੀ ਇਹੋ ਕਰਦੇ। ਜਨਾਬ ਬਹੁਤ ਬੁਰੇ ਹਾਲਾਤ ਨੇ ਇਸਦੇ, ਪਹਿਲਾਂ ਠੀਕ ਸੀ ਸਾਡੇ, ਅੱਜ ਤੋਂ 10 ਸਾਲ ਪਹਿਲਾਂ 15 ਸਾਲ ਪਹਿਲਾਂ, ਹੁਣ ਤਾਂ ਪਲਾਸਟਿਕ ਦੇ ਲੁਹਾਂਡੇ ਚੱਲ ਪੈਣਾ, ਹਾਂਜੀ ਆਪਣੇ ਲੋਹੇ ਦੇ ਲੁਹਾਂਡੇ ਚੱਲ ਪੈਣਾ, ਸਾਡੇ ਕੰਮ ਦਾ ਬਹੁਤ ਜ਼ਿਆਦਾ ਮੰਦਾ ਹੈ, ਰੋਟੀ ਦਾ ਗੁਜ਼ਾਰਾ ਵੀ ਹੁੰਦਾ ਇਸ ਦੀ ਲਾਗਤ ਜਾਣੇ ਜਨਾਬ 40 ਰੁਪਏ ਟੋਕਰੀ ਦਿੰਦੇ ਨੇ, ਅਤੇ 25 ਰੁਪਏ ਲਵਾਈ ਹੈ ਇਹਦੀ ਟੋਕਰੀ ਦੀ, ਦੱਸੋ ਤਾਂ ਸੀਟੀਆਂ ਵੱਢਣੀਆਂ, ਮਤਲਬ ਲੱਗਰਾਂ ਵੱਢਣੀਆਂ, ਜਿਮਦਾਰਾਂ ਕੋਲ ਲੈਣੀਆਂ, ਫਿਰ ਕਾਰ ਲੈਣੀਆਂ, ਭਾੜਾ ਕਿਰਾਇਆ ਦੇ ਕੇ ਸਾਨੂੰ ਕੁਛ ਵੀ ਨਹੀਂ ਲੱਭਦਾ ਜੀ, ਰੋਟੀ ਵੀ ਨਹੀਂ ਪੈਦਾ ਹੁੰਦੀ। ਸਰਕਾਰ ਕੋਲ ਇਹ ਮੰਗ ਕਰਨਾ ਵੀ ਸਾਡਾ ਕਿਸੇ ਸਾਨੂੰ ਕਿਤੇ ਮਤਲਬ ਵੀ ਕੋਈ ਕਾਰੋਬਾਰ ਦਿਓ, ਕੋਈ ਹੋਰ ਦੇ ਦਿਓ, ਭਾਵਾਂ ਚਾਹੇ ਇਹੀ ਦਿਓ, ਸਾਡਾ ਥੋੜ੍ਹਾ ਰੋਟੀ ਦਾ ਗੁਜ਼ਾਰਾ ਚੱਲ ਪਿਆ। ਪਹਿਲੇ ਕੰਮ ਸਾਡਾ ਬਹੁਤ ਠੀਕ ਠਾਕ ਚੱਲਦਾ ਸੀ ਪਹਿਲੇ ਬਜ਼ੁਰਗਾਂ ਦਾ, ਅਤੇ ਜਿੱਦਣ ਦਾ ਹੁਣ ਪਲਾਸਟਿਕ ਦਾ ਲੁਹਾਂਡਾ ਚੱਲ ਪਿਆ, ਪਲਾਸਟਿਕ ਲੋਹੇ ਦਾ ਲੁਹਾਂਡਾ ਚੱਲ ਪਿਆ, ਅਤੇ ਸਾਰਾ ਕੰਮ ਸਾਰਾ ਠੱਪ ਪੈ ਗਿਆ, ਕਿਉਂਕਿ ਹੁਣ ਸਾਡਾ ਗੁਜ਼ਾਰਾ ਜਿਹੜਾ ਬੜਾ ਔਖਾ ਚਲੇ ਗਿਆ। ਪਹਿਲੇ ਹੁਣ ਤਾਂ ਪੈਸੇ ਭਰਦੇ ਨਹੀਂ, ਕਿਉਂਕਿ ਉਹ ਜਿਹੜੀ ਸਰਕਾਰ ਜਿਹੜੇ ਲੁਹਾਂਡੇ ਉੱਥੇ ਚੁੱਕੀ ਲਈ ਜਾਂਦੇ, ਵਪਾਰੀ ਸਾਡੇ ਕੋਲ ਆਉਂਦਾ ਕੋਈ ਨਹੀਂ, ਸਾਡਾ ਬਹੁਤ ਹੀ ਔਖਾ ਕੰਮ ਹੈ ਜੀ। ਸਾਡਾ ਕੰਮ ਜਿਹੜਾ ਹੈ ਪਹਿਲਾਂ ਬਹੁਤ ਚੱਲਦਾ ਸੀ, ਹੁਣ ਆ ਗਿਆ ਮਸ਼ੀਨਰੀ ਯੁੱਗ ਆ ਗਿਆ। ਹੁਣ ਟੋਕਰੀ ਦਾ ਕੰਮ ਜਿਹੜਾ ਘੱਟ ਗਿਆ ਆ, ਹੁਣ ਕੋਈ ਪਲਾਸਟਿਕ ਚੱਲ ਪਈ, ਕੋਈ ਲੋਹੇ ਦੀ ਚੱਲ ਪਈ, ਕੋਈ ਦੂਸਰੀ ਚੱਲ ਪਈ, ਸਾਡੇ ਵਾਲਾ ਜਿਹੜਾ ਕੰਮ ਪੂਰਾ ਖਾਸ ਚੱਲਦਾ ਨਹੀਂ ਪਿਆ। ਅਤੇ ਅਸੀਂ ਆਉਂਦੇ ਹਾਂ ਵੀ ਗੌਰਮੈਂਟ ਵੱਲੋਂ ਸਾਡੀ ਕੋਈ ਸਹੂਲਤ ਹੋਵੇ, ਚਲੋ ਸਾਡਾ ਕੰਮ ਚੱਲਣਾ ਚਾਹੀਦਾ। ਵਪਾਰੀ ਜਿਹੜੇ ਨੇ ਉਹ ਵੀ ਆਮ ਇੱਕ ਰੇਟ ਪਰ ਚੱਲਣ, ਅਤੇ ਜਿਹੜਾ ਸਾਨੂੰ ਵੱਧ ਤੋਂ ਵੱਧ ਰੇਟ ਮਿਲੇ, ਅਤੇ ਮਸ਼ੀਨਰੀ ਯੁੱਗ ਜਿਹੜਾ ਹੈ ਥੋੜ੍ਹਾ ਖਤਮ ਹੋ ਜਾਏ। ਅਸੀਂ ਇਹ ਨਹੀਂ ਆਖਦੇ ਵੀ ਜ਼ਿਆਦਾ ਖਤਮ ਹੋ ਜਾਏ, ਪਰ ਸਾਡਾ ਕਾਰੋਬਾਰ ਚੱਲਣਾ ਚਾਹੀਦਾ, ਕਿਉਂਕਿ ਸਾਡੇ ਜਿਹੜੇ ਬਜ਼ੁਰਗ ਸੀ ਉਹ ਵੀ ਇਹੋ ਕੰਮ ਕਰ ਰਹੇ, ਅੱਗੇ ਅਸੀਂ ਵੀ ਇਹੋ ਕਰਦੇ, ਅੱਗੇ ਸਾਡੇ ਜਿਹੜੇ ਪੁੱਤਰ ਉਹ ਵੀ